ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਬੀਜੇਪੀ ਖਿਲਾਫ ਮੋਰਚਾਬੰਦੀ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ। ਪੋਸਟਰ ਤੇ ਲਿਖੇ ਹੋਏ ਹੈ ਕੁਝ ਗੈਂਗਸਟਰਸ ਨੂੰ ਲੈ ਕੇ ਕਿ ਬੀਜੇਪੀ ਗੈਂਗਸਟਰਵਾਦ ਇੱਥੇ ਫੈਲਾ ਰਹੀ ਹੈ ਤੇ ਬੀਤੇ ਦਿਨੀ ਸੌਰਵ ਭਾਰਦਵਾਜ ਨੇ ਵੀ ਸਵਾਲ ਚੁੱਕੇ ਸਨ। ਦਿੱਲੀ ਵਿੱਚ ਬੀਜੇਪੀ ਖਿਲਾਫ ਪੋਸਟਰ ਲੱਗੇ ਨੇ, ਪੋਸਟਰ ਤੇ ਲਿਖਿਆ ਭਾਜਪਾ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾਇਆ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸੀ ਤਾਂ ਦੱਸ ਦਈਏ ਕਾਨੂੰਨ ਵਿਵਸਥਾ ਨੂੰ ਲੈ ਕੇ ਬੀਜੇਪੀ ਖਿਲਾਫ ਮੋਰਚਾਬੰਦੀ ਕੀਤੀ ਗਈ। ਦਿੱਲੀ ਵਿੱਚ ਬੀਜੇਪੀ ਖਿਲਾਫ ਪੋਸਟਰ ਲੱਗੇ ਨੇ, ਪੋਸਟਰ ਤੇ ਲਿਖਿਆ ਹੈ ਭਾਜਪਾ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾਇਆ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸੀ, ਆਮ ਆਦਮੀ ਪਾਰਟੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਸਵਾਲ ਚੁੱਕੇ ਸੀ ਤਾਂ ਭਾਜਪਾ ਨੇ ਦਿੱਲੀ ਨੂੰ ਬਣਾਇਆ ਗੈਂਗਸਟਰਾਂ ਦੀ ਰਾਜਧਾਨੀ। ਇਸ ਤਰ੍ਹਾਂ ਦੇ ਪੋਸਟਰ ਲੱਗੇ ਨੇ ਤਾਂ ਵੇਖ ਸਕਦੇ ਹੋ ਇੱਥੇ ਇਹ ਦਿੱਲੀ ਵਿੱਚ ਪੋਸਟਰ ਲੱਗੇ ਨੇ। ਆਮ ਆਦਮੀ ਪਾਰਟੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਵੀ ਗੈਂਗਸਟਰਵਾਦ ਜੋ ਦਿੱਲੀ ਵਿੱਚ ਵੱਧ ਰਿਹਾ ਉਸ ਨੂੰ ਲੈ ਕੇ ਸਵਾਲ ਚੁੱਕੇ ਸਨ। ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਬੀਜੇਪੀ ਖਿਲਾਫ ਮੋਰਚਾਬੰਦੀ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ। ਪੋਸਟਰ ਤੇ ਲਿਖੇ ਹੋਏ ਹੈ ਕੁਝ ਗੈਂਗਸਟਰਸ ਨੂੰ ਲੈ ਕੇ ਕਿ ਬੀਜੇਪੀ ਗੈਂਗਸਟਰਵਾਦ ਇੱਥੇ ਫੈਲਾ ਰਹੀ ਹੈ ਤੇ ਬੀਤੇ ਦਿਨੀ ਸੌਰਵ ਭਾਰਦਵਾਜ ਨੇ ਵੀ ਸਵਾਲ ਚੁੱਕੇ ਸਨ। ਦਿੱਲੀ ਵਿੱਚ ਬੀਜੇਪੀ ਖਿਲਾਫ ਪੋਸਟਰ ਲੱਗੇ ਨੇ, ਪੋਸਟਰ ਤੇ ਲਿਖਿਆ ਭਾਜਪਾ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾਇਆ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸੀ ਤਾਂ ਦੱਸ ਦਈਏ ਕਾਨੂੰਨ ਵਿਵਸਥਾ ਨੂੰ ਲੈ ਕੇ ਬੀਜੇਪੀ ਖਿਲਾਫ ਮੋਰਚਾਬੰਦੀ ਕੀਤੀ ਗਈ। ਦਿੱਲੀ ਵਿੱਚ ਬੀਜੇਪੀ ਖਿਲਾਫ ਪੋਸਟਰ ਲੱਗੇ ਨੇ, ਪੋਸਟਰ ਤੇ ਲਿਖਿਆ ਹੈ ਭਾਜਪਾ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾਇਆ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸੀ, ਆਮ ਆਦਮੀ ਪਾਰਟੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਸਵਾਲ ਚੁੱਕੇ ਸੀ ਤਾਂ ਭਾਜਪਾ ਨੇ ਦਿੱਲੀ ਨੂੰ ਬਣਾਇਆ ਗੈਂਗਸਟਰਾਂ ਦੀ ਰਾਜਧਾਨੀ। ਇਸ ਤਰ੍ਹਾਂ ਦੇ ਪੋਸਟਰ ਲੱਗੇ ਨੇ ਤਾਂ ਵੇਖ ਸਕਦੇ ਹੋ ਇੱਥੇ ਇਹ ਦਿੱਲੀ ਵਿੱਚ ਪੋਸਟਰ ਲੱਗੇ ਨੇ। ਆਮ ਆਦਮੀ ਪਾਰਟੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਵੀ ਗੈਂਗਸਟਰਵਾਦ ਜੋ ਦਿੱਲੀ ਵਿੱਚ ਵੱਧ ਰਿਹਾ ਉਸ ਨੂੰ ਲੈ ਕੇ ਸਵਾਲ ਚੁੱਕੇ ਸਨ। ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਬੀਜੇਪੀ ਖਿਲਾਫ ਮੋਰਚਾਬੰਦੀ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ। ਪੋਸਟਰ ਤੇ ਲਿਖੇ ਹੋਏ ਹੈ ਕੁਝ ਗੈਂਗਸਟਰਸ ਨੂੰ ਲੈ ਕੇ ਕਿ ਬੀਜੇਪੀ ਗੈਂਗਸਟਰਵਾਦ ਇੱਥੇ ਫੈਲਾ ਰਹੀ ਹੈ ਤੇ ਬੀਤੇ ਦਿਨੀ ਸੌਰਵ ਭਾਰਦਵਾਜ ਨੇ ਵੀ ਸਵਾਲ ਚੁੱਕੇ ਸਨ। ਦਿੱਲੀ ਵਿੱਚ ਬੀਜੇਪੀ ਖਿਲਾਫ ਪੋਸਟਰ ਲੱਗੇ ਨੇ, ਪੋਸਟਰ ਤੇ ਲਿਖਿਆ ਭਾਜਪਾ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾਇਆ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸੀ ਤਾਂ ਦੱਸ ਦਈਏ ਕਾਨੂੰਨ ਵਿਵਸਥਾ ਨੂੰ ਲੈ ਕੇ ਬੀਜੇਪੀ ਖਿਲਾਫ ਮੋਰਚਾਬੰਦੀ ਕੀਤੀ ਗਈ। ਦਿੱਲੀ ਵਿੱਚ ਬੀਜੇਪੀ ਖਿਲਾਫ ਪੋਸਟਰ ਲੱਗੇ ਨੇ, ਪੋਸਟਰ ਤੇ ਲਿਖਿਆ ਹੈ ਭਾਜਪਾ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾਇਆ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸੀ, ਆਮ ਆਦਮੀ ਪਾਰਟੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਸਵਾਲ ਚੁੱਕੇ ਸੀ ਤਾਂ ਭਾਜਪਾ ਨੇ ਦਿੱਲੀ ਨੂੰ ਬਣਾਇਆ ਗੈਂਗਸਟਰਾਂ ਦੀ ਰਾਜਧਾਨੀ। ਇਸ ਤਰ੍ਹਾਂ ਦੇ ਪੋਸਟਰ ਲੱਗੇ ਨੇ ਤਾਂ ਵੇਖ ਸਕਦੇ ਹੋ ਇੱਥੇ ਇਹ ਦਿੱਲੀ ਵਿੱਚ ਪੋਸਟਰ ਲੱਗੇ ਨੇ। ਆਮ ਆਦਮੀ ਪਾਰਟੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਵੀ ਗੈਂਗਸਟਰਵਾਦ ਜੋ ਦਿੱਲੀ ਵਿੱਚ ਵੱਧ ਰਿਹਾ ਉਸ ਨੂੰ ਲੈ ਕੇ ਸਵਾਲ ਚੁੱਕੇ ਸਨ। ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਬੀਜੇਪੀ ਖਿਲਾਫ ਮੋਰਚਾਬੰਦੀ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ। ਪੋਸਟਰ ਤੇ ਲਿਖੇ ਹੋਏ ਹੈ ਕੁਝ ਗੈਂਗਸਟਰਸ ਨੂੰ ਲੈ ਕੇ ਕਿ ਬੀਜੇਪੀ ਗੈਂਗਸਟਰਵਾਦ ਇੱਥੇ ਫੈਲਾ ਰਹੀ ਹੈ ਤੇ ਬੀਤੇ ਦਿਨੀ ਸੌਰਵ ਭਾਰਦਵਾਜ ਨੇ ਵੀ ਸਵਾਲ ਚੁੱਕੇ ਸਨ। ਦਿੱਲੀ ਵਿੱਚ ਬੀਜੇਪੀ ਖਿਲਾਫ ਪੋਸਟਰ ਲੱਗੇ ਨੇ, ਪੋਸਟਰ ਤੇ ਲਿਖਿਆ ਭਾਜਪਾ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾਇਆ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸੀ ਤਾਂ ਦੱਸ ਦਈਏ ਕਾਨੂੰਨ ਵਿਵਸਥਾ ਨੂੰ ਲੈ ਕੇ ਬੀਜੇਪੀ ਖਿਲਾਫ ਮੋਰਚਾਬੰਦੀ ਕੀਤੀ ਗਈ। ਦਿੱਲੀ ਵਿੱਚ ਬੀਜੇਪੀ ਖਿਲਾਫ ਪੋਸਟਰ ਲੱਗੇ ਨੇ, ਪੋਸਟਰ ਤੇ ਲਿਖਿਆ ਹੈ ਭਾਜਪਾ ਨੇ ਦਿੱਲੀ ਨੂੰ ਗੈਂਗਸਟਰਾਂ ਦੀ ਰਾਜਧਾਨੀ ਬਣਾਇਆ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਸੀ, ਆਮ ਆਦਮੀ ਪਾਰਟੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਸਵਾਲ ਚੁੱਕੇ ਸੀ ਤਾਂ ਭਾਜਪਾ ਨੇ ਦਿੱਲੀ ਨੂੰ ਬਣਾਇਆ ਗੈਂਗਸਟਰਾਂ ਦੀ ਰਾਜਧਾਨੀ। ਇਸ ਤਰ੍ਹਾਂ ਦੇ ਪੋਸਟਰ ਲੱਗੇ ਨੇ ਤਾਂ ਵੇਖ ਸਕਦੇ ਹੋ ਇੱਥੇ ਇਹ ਦਿੱਲੀ ਵਿੱਚ ਪੋਸਟਰ ਲੱਗੇ ਨੇ। ਆਮ ਆਦਮੀ ਪਾਰਟੀ ਦੇ ਮੰਤਰੀ ਸੌਰਵ ਭਾਰਦਵਾਜ ਨੇ ਵੀ ਗੈਂਗਸਟਰਵਾਦ ਜੋ ਦਿੱਲੀ ਵਿੱਚ ਵੱਧ ਰਿਹਾ ਉਸ ਨੂੰ ਲੈ ਕੇ ਸਵਾਲ ਚੁੱਕੇ ਸਨ।